रूबरू प्रोग्राम देख रहे सारे ही दर्शकों नूं गिल प्रदीप वालों सत श्री अकाल। दोस्तों अज जिहड़े कलाकार नूं मैं तुहाडे रूबरू कर रहा हूँ किसी जाण पहचान दा मोहताज नहीं, क्योंकि पंजाबियों ने अपने दिल दे विच अखां दे विच जिवें सुरमे नूं वसाउंदे इसे तरह अपने दिल दे विच उस कलाकार नूं वसाया है। मैं दो लाइनां उस कलाकार दे गीत दीआं तुहाडे नाल सांझीआं करनीआं, तुहानूं पता लग जाणा वी किहड़ा कलाकार है जिन्हें गाया सीगा, असीं मरदे रहे दुख जरदे रहे पब कंढ्यां उत्ते धरदे रहे, हस हस के पीड़ां सहि लईआं पर सी नहीं कीता तेरे लई, ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ। ਇਸ ਤਰ੍ਹਾਂ ਦੇ ਗੀਤਾਂ ਨੂੰ ਲੋਕ ਗੀਤ ਬਣਾਉਣ ਵਾਲਾ ਗਾਇਕ ਸਾਡੇ ਨਾਲ ਅੱਜ ਰੂਬਰੂ ਦੇ ਵਿੱਚ ਗੱਲਾਂ ਬਾਤਾਂ ਕਰਨ ਦੇ ਲਈ ਪਹੁੰਚੇ ਹੈ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਬਾਈ ਮਨਮੋਹਨ ਵਾਰਸ ਹੋਣਾ ਦੇ ਨਾਲ। ਵਾਰਸ ਭਾਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਰੂਬਰੂ ਦੇ ਵਿੱਚ। ਗਿੱਲ ਪ੍ਰਦੀਪ ਜੀ, ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਸੀਂ ਆਪਣੇ ਬੜੇ ਪਿਆਰੇ ਪ੍ਰੋਗਰਾਮ ਰੂਬਰੂ ਦੇ ਵਿੱਚ ਮੈਨੂੰ ਆਪਣੇ ਪਿਆਰੇ ਦਰਸ਼ਕਾਂ ਦੇ ਆਪਣੇ ਪਿਆਰੇ ਸਰੋਤਿਆਂ ਦੇ ਰੂਬਰੂ ਕੀਤਾ, ਅਤੇ ਮੇਰੇ ਵੱਲੋਂ ਵੀ ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿਕਾਰ ਨਾਲ ਨਿਮਰਤਾ ਸਹਿਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਨਮੋਹਨ ਵਾਰਸ ਇੱਕ ਅੰਬਰ ਜਿੱਡਾ ਨਾਂ ਹੈ, ਮਨਮੋਹਨ ਵਾਰਸ ਨੂੰ ਜਿੱਥੇ ਜਿੱਥੇ ਵੀ ਪੰਜਾਬੀ ਵੱਸਦਾ ਉੱਥੇ ਮਨਮੋਹਨ ਵਾਰਸ ਨੂੰ ਜਾਣਦੇ ਨੇ, ਪਹਿਚਾਣਦੇ ਨੇ, ਕਿਉਂਕਿ ਪੰਜਾਬੀ ਵਿਰਸਾ ਇੱਕ ਅਜਿਹਾ ਸ਼ੋਅ ਹੈ ਤੁਹਾਡਾ ਜਿਹੜਾ ਆਲ ਓਵਰ ਵਰਲਡ ਕੀਤਾ ਜਾਂਦਾ ਹਰ ਕੰਟਰੀ ਦੇ ਵਿੱਚ। ਹਾਂਜੀ, ਮਨਮੋਹਨ ਵਾਰਸ ਦੀ ਗਾਇਕੀ ਦੀ ਜਦੋਂ ਸ਼ੁਰੂਆਤ ਹੋਈ ਸੀ, ਹਾਂਜੀ, ਉਹ ਸ਼ੁਰੂਆਤੀ ਦੌਰ ਕਿਸ ਤਰ੍ਹਾਂ ਦਾ ਸੀਗਾ ਅਤੇ ਅੱਜ ਦਾ ਦੌਰ ਕਿਸ ਤਰ੍ਹਾਂ ਦਾ, ਜੇ ਉਸ ਟਾਈਮ 'ਤੇ ਜੋ ਤੁਸੀਂ ਮਨ ਦੇ ਵਿੱਚ ਧਾਰਿਆ ਸੀ ਵੀ ਮੈਂ ਆਹ ਮੰਜ਼ਿਲ 'ਤੇ ਪਹੁੰਚਣਾ, ਉਸ ਮੰਜ਼ਿਲ 'ਤੇ ਪਹੁੰਚਿਆ ਹਜੇ ਮਨਮੋਹਨ ਵਾਰਸ ਕਿ ਹਜੇ ਹੋਰ ਪੈਂਡਾ ਰਹਿੰਦਾ ਹੈ? ਇੱਦਾਂ ਆ ਕਿ ਜਿਸ ਦਿਨ ਸ਼ੁਰੂਆਤ ਕੀਤੀ ਸੀ ਉਹ ਵਲਵਲੇ ਵੀ ਹੋਰ ਤਰ੍ਹਾਂ ਦੇ ਹੁੰਦੇ ਆ, ਜਿਹੜੀ ਚੜ੍ਹਦੀ ਜਵਾਨੀ ਦੇ ਵਲਵਲੇ ਡਿਫਰੈਂਟ ਹੁੰਦੇ ਆ, ਜਿੱਦਾਂ ਜਿੱਦਾਂ ਤੁਸੀਂ ਉਮਰ ਦੇ ਪੜਾਅ ਡਿਫਰੈਂਟ ਡਿਫਰੈਂਟ 'ਤੇ ਜਾਂਦੇ ਆ ਉੱਦਾਂ ਤੁਹਾਡੀ ਸੋਚ 'ਤੇ ਵੀ ਅਸਰ ਪੈਂਦਾ, ਅਤੇ ਤੁਹਾਡੀਆਂ ਜਿਹੜੀਆਂ ਤੁਸੀਂ ਮੰਜ਼ਿਲਾਂ ਪਹਿਲਾਂ ਮਿੱਥੀਆਂ ਹੁੰਦੀਆਂ ਕਈ ਵਾਰੀ ਉਹ ਤੁਹਾਨੂੰ ਤੁਸ਼ ਲੱਗਦੀਆਂ ਆ, ਅਤੇ ਕਈ ਵਾਰੀ ਤੁਹਾਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਐਵੇਂ ਮਿੱਥ ਲਈਆਂ ਸੀ, ਉਹਨਾਂ ਦਾ ਕੋਈ ਫਾਇਦਾ ਨਹੀਂ। ਸੋ ਬਹੁਤ ਅਪਸ ਡਾਊਨ ਆਉਂਦੇ ਹੈਗੇ ਜ਼ਿੰਦਗੀ ਦੇ ਵਿੱਚ, ਪਰ ਮੈਂ ਜੇ ਸਵਾਲ ਦਾ ਜਵਾਬ ਬਹੁਤ ਛੋਟਾ ਹੋ ਜਾਣਾ ਆ, ਪਰ ਉਹਦਾ ਜਵਾਬ ਤਾਂ ਅਸਲ ਵਿੱਚ ਇਹ ਆ ਕਿ ਮੈਂ ਬਹੁਤ ਸੰਤੁਸ਼ਟ ਹਾਂ ਜੋ ਕੁਛ ਵੀ ਮੈਂ ਕੀਤਾ। ਮੇਰੇ ਮਨ ਦੇ ਵਿੱਚ ਬਹੁਤ ਜਿੱਦਾਂ ਤੂਫਾਨ ਨਹੀਂ ਚੱਲ ਰਿਹਾ ਅੰਦਰ, ਬਹੁਤ ਸ਼ਾਂਤ ਚੱਲ ਰਿਹਾ ਅੰਦਰ, ਇਹ ਮੈਂ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ। ਪਰਮਾਤਮਾ ਨੇ ਮੈਨੂੰ ਇੰਨਾ ਸੁਖੀ ਜੀਵਨ ਦਿੱਤਾ ਆ ਜਿਹਦੇ ਵਿੱਚ ਮੈਂ ਉਤਰਾਅ ਚੜ੍ਹਾਅ ਨੂੰ ਵੀ ਸਹਿਜੇ ਹੀ ਬਰਦਾਸ਼ਤ ਕਰ ਲਿਆ। ਬਿਲਕੁਲ, ਇੱਕ ਗਾਇਕ ਹੁੰਦਾ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਉਹਦੇ ਕੈਰੀਅਰ ਦੇ ਵਿੱਚ ਕਈ ਅਜਿਹੇ ਗੀਤ ਹੁੰਦੇ ਨੇ ਜਿਹੜੇ ਮੀਲ ਪੱਥਰ ਸਥਾਪਿਤ ਹੁੰਦੇ ਨੇ, ਜਿਹੜੇ ਉਸ ਗਾਇਕ ਦੀ ਪਹਿਚਾਣ ਬਣਾਉਂਦੇ ਨੇ, ਅਤੇ ਮੈਂ ਇੱਥੇ ਜ਼ਿਕਰ ਕਰਨਾ ਚਾਹੂੰਗਾ ਤੁਹਾਡੇ ਦੋ ਗੀਤਾਂ ਦਾ। ਇੱਕ ਤਾਂ ਇਕੱਲੀ ਬਹਿ ਕੇ ਸੋਚੀ ਨਹੀਂ, ਹਾਂਜੀ, ਉਹ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਆਇਆ ਸੀਗਾ ਵੀ ਹਰ ਟਰੱਕ ਦੇ ਪਿੱਛੇ ਹਰ ਬੱਸ ਦੇ ਪਿੱਛੇ ਉਹ ਕੁੜੀ ਦੀ ਫੋਟੋ ਆਈ ਸੀ, ਹੈ ਨਾ, ਇੱਕ ਤੁਹਾਡਾ ਆਜਾ ਭਾਬੀ ਝੂਟ ਲੈ, ਇਹ ਦੋ ਗੀਤਾਂ ਨੇ ਮਨਮੋਹਨ ਵਾਰਸ ਨੂੰ ਆਮ ਤੋਂ ਇੱਕ ਖਾਸ ਬਣਾਇਆ। ਜਦੋਂ ਉਹ ਕੁੜੀ ਦੀ ਫੋਟੋ ਵਾਲਾ, ਹੈ ਨਾ, ਉਹ ਫੋਟੋ ਕਿੱਥੋਂ ਮਿਲੀ ਸੀਗੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਅਤੇ ਆਜਾ ਭਾਬੀ ਝੂਟ ਲੈ ਜਿਹੜਾ ਗੀਤ ਆ ਤੁਹਾਡਾ, ਉਹਦੀ ਸਿਰਜਣਾ ਕਿੱਦਾਂ ਹੋਈ ਸੀ? ਹਾਂਜੀ, ਪਹਿਲੀ ਗੱਲ ਤਾਂ ਜਿਹੜਾ ਇਕੱਲੀ ਬਹਿ ਕੇ ਸੋਚੀ ਗੀਤ ਆ ਜਾਂ ਆਜਾ ਭਾਬੀ ਝੂਟ ਲੈ, ਉਹ ਗੀਤ ਇਕੱਲੇ ਮੇਰੇ ਕਰੀਅਰ ਦੇ ਹੀ ਸਿਖਰ ਨਹੀਂ ਹੋ ਨਿਬੜੇ। ਮੇਰੇ ਖਿਆਲ ਮੁਤਾਬਕ ਤਾਂ ਜਿਹੜੀ ਪੰਜਾਬੀ ਗਾਇਕੀ ਦਾ ਟੋਟਲ ਜੇ ਗੱਲ ਦੇਖੀਏ ਤਾਂ ਜਿਹੜੇ ਸਭ ਤੋਂ ਹਿੱਟ ਗਾਣੇ ਹੋਣਗੇ 10-20, ਉਹਨਾਂ ਵਿੱਚ ਉਹਨਾਂ ਦਾ ਜ਼ਿਕਰ ਹੁੰਦਾ ਆ। ਸੋ ਇਹ ਮੇਰੇ ਹਿੱਸੇ ਇਹ ਚੀਜ਼ ਆਈ ਆ। ਜਿਹੜੀ ਫੋਟੋ ਆ ਉਹ ਤਾਂ ਕੋਈ ਗੀਤ ਦੇ ਨਾਲ ਤਾਂ ਕੁਛ ਰਿਲੇਟਡ ਨਹੀਂ ਸੀਗਾ, ਉਹ ਤਾਂ ਜਿਹੜੇ ਟੀ ਸੀਰੀਜ਼ ਨੇ ਜਦੋਂ ਪੋਸਟਰ ਬਣਾਇਆ ਅਤੇ ਉਹਨਾਂ ਨੇ ਆਪਣੇ ਆਪ ਲਗਾ ਦਿੱਤੀ ਸੀਗੀ, ਪਰ ਉਹ ਚੀਜ਼ ਚਲੋ ਬੜਾ ਪਸੰਦ ਹੋਇਆ, ਪਸੰਦ ਕੀਤੀ ਗਈ ਚੀਜ਼ ਜੀ। ਅਤੇ ਜਿਹੜਾ ਆਜਾ ਭਾਬੀ ਝੂਟਲਾ ਉਹ ਮੈਂ 2 ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਵੀ ਸ਼ੁਰੂ 'ਚ ਗਾਇਆ ਸੀ ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਨੂੰ, ਉਹ ਸਾਡੇ ਇਲਾਕੇ ਦੇ ਵੀ ਸੀਗੇ ਅਤੇ ਸਾਡੇ ਪਿਤਾ ਜੀ ਦੇ ਬਹੁਤ ਉਹ ਫੇਵਰੇਟ ਸੀਗੇ। ਜਿੱਦਾਂ ਅਸੀਂ ਜਦੋਂ ਜਵਾਨ ਹੋਣ ਲੱਗੇ ਹਾਂ, ਬਚਪਨ 'ਚ ਸੁਣਨ ਲੱਗੇ ਹਾਂ, ਉਦੋਂ ਕੁਲਦੀਪ ਮਾਣਕ ਸਾਹਿਬ ਮੇਰੀ ਪਸੰਦੀ ਦੇ ਗਾਇਕ ਸੀਗੇ, ਉਹ ਸਿਖਰ 'ਤੇ ਸੀ ਉਸ ਵੇਲੇ, ਅਤੇ ਉਹਨਾਂ ਨੂੰ ਮੈਂ ਬਹੁਤ ਸੁਣਿਆ ਗਾਇਆ, ਅਤੇ ਚਲੋ ਸੁਣਿਆ ਗਾਇਆ ਤਾਂ ਸਾਰਿਆਂ ਨੂੰ, ਪਰ ਉਹ ਅਸਰ ਰੱਖਦੇ ਸੀ ਮੇਰੇ 'ਤੇ ਬਹੁਤ ਜ਼ਿਆਦਾ। ਇੱਦਾਂ ਮੇਰੇ ਪਿਤਾ ਜੀ ਢਾਡੀ ਅਮਰ ਸਿੰਘ ਸ਼ੌਂਕੀ ਸਾਹਿਬ ਦੇ ਬਹੁਤ ਫੈਨ ਸੀਗੇ, ਅਤੇ ਉਹਨਾਂ ਤੋਂ ਗਾਣਾ ਉਹ ਆਜਾ ਭਾਬੀ ਝੂਟ ਲੈ ਸੁਣ ਕੇ ਮੈਂ ਗਾਉਣ ਲੱਗ ਪਿਆ ਸਟੇਜਾਂ 'ਤੇ, ਅਤੇ ਉਹਨੂੰ ਫਿਰ ਇਸੇ ਕਰਕੇ 2 ਤਾਰਾ ਵੱਜਦਾ ਵੇ ਅਤੇ ਆਜਾ ਭਾਬੀ ਝੂਟ ਲੈ, ਉਸ ਗਾਣੇ ਨੂੰ ਆਪਣੇ ਪਿਤਾ ਜੀ ਦਾ ਜਿਹੜਾ ਸੀਗਾ ਸਤਿਕਾਰ ਸ਼ੌਂਕੀ ਸਾਹਿਬ ਲਈ, ਉਹਨੂੰ ਸਾਹਮਣੇ ਰੱਖ ਕੇ ਮੈਂ ਉਹ ਗਾਣਾ ਗਾਇਆ ਸੀ। ਪਰ ਉਹ ਤਾਂ ਕਿਉਂਕਿ ਸਾਡੇ ਖੂਨ ਦੇ ਵਿੱਚ ਪਹਿਲਾਂ ਹੀ ਸੀ, ਸਦੀਆਂ ਤੋਂ ਉਹ ਚੱਲਿਆ ਆਉਂਦਾ ਫੋਕ ਸੌਂਗ ਸੀ, ਜਦੋਂ ਉਹਨੂੰ ਦੁਬਾਰਾ ਨਵੇਂ ਰੰਗ 'ਚ ਗਾਇਆ ਅਤੇ ਉਹ ਫਿਰ ਉਹਨਾਂ ਹੀ ਹਿੱਟ ਹੋਇਆ, ਅਤੇ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਅੱਜ ਤੋਂ ਹੋਰ 15-20 ਸਾਲ ਨੂੰ ਫਿਰ ਕੋਈ ਗਾਊਗਾ ਉਹ ਫਿਰ ਉਹਨਾਂ ਹੀ ਹਿੱਟ ਹੋ ਜਾਣਾ, ਇਹ ਚੀਜ਼ ਹੀ ਇੱਦਾਂ ਦੀ ਗਾ ਕੇ ਹੋ ਜਾਣਾ ਸੰਗੀਤ ਦੀਆਂ ਤਾਂ। ਸਾਵਣ ਚੜਿਆ ਤੀਆਂ ਆਈਆਂ ਪਿੱਪਲਾਂ ਦੇ ਨਾਲ ਪੀਂਗਾ ਪਾਈਆਂ,
ਕੱਠੀਆਂ ਹੋ ਨਣਦਾਂ ਪਰਜਾਈਆਂ ਇੱਕ ਦੂਜੀ ਨੂੰ ਕਹਿੰਦੀ ਨੀ ਆ ਜਾ ਭਾਬੀ ਨੀ ਆ ਜਾ ਭਾਬੀ ਨੀ ਆ ਜਾ ਭਾਬੀ ਝੂਠ ਲੈ ਪੀਂਘ ਹੁਲਾਰੇ ਲੈਂਦੀ ਨੀ ਆ ਜਾ ਨਣਦੇ ਝੂਠ ਲੈ ਪੀਂਘ ਹੁਲਾਰੇ ਲੈਂਦੀ ਬਿਲਕੁਲ ਇਹ ਗੀਤ ਆ ਮੇਰੇ ਖਿਆਲ ਕੋਈ ਡੀ ਜੇ ਹੋਏਗਾ ਕੋਈ ਵਿਆਹ ਹੋਏਗਾ ਜਿੱਥੇ ਇਹ ਗੀਤ ਅੱਜ ਵੀ ਨਾ ਵੱਜਦਾ ਹੋਵੇ ਹੈ ਨਾ ਮਨਮੋਹਣ ਵਾਰਸ ਕਮਲ ਹੀਰ ਸੰਗਤਾਰ ਤੁਸੀਂ ਤਿੰਨਾਂ ਨੇ ਰਲ ਕੇ ਪੰਜਾਬੀ ਵਿਰਸੇ ਨੂੰ ਇਨਵੈਂਟ ਕੀਤਾ ਪੰਜਾਬੀ ਵਿਰਸੇ ਦੀ ਸਕੀਮ ਜਾਂ ਇਹ ਇਸ ਤਰ੍ਹਾਂ ਦੇ ਸ਼ੋਅ ਕਰਨ ਦਾ ਜਿਹੜਾ ਤੁਹਾਡਾ ਮਨ ਕਿੱਦਾਂ ਬਣਿਆ ਕਿਹੜੀ ਚੀਜ਼ ਨੇ ਤੁਹਾਨੂੰ ਇਹ ਪ੍ਰੇਰਿਤ ਕੀਤਾ ਵੀ ਹੁਣ ਮੈਂ ਬਾਕੀ ਕਲਾਕਾਰਾਂ ਦੀ ਭੀੜ ਦੇ ਵਿੱਚ ਨਹੀਂ ਗਾਊਂਗਾ ਮੈਂ ਆਪਣਾ ਗਰੁੱਪ ਬਣਾ ਕੇ ਗਾਊਂਗਾ ਹਾਂਜੀ ਸ਼ੁਰੂ ਵਿੱਚ ਮੈਂ ਇੱਕ ਨਾ ਪੰਜਾਬੀ ਵਿਰਸੇ ਬਾਰੇ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਇਹ ਪੰਜਾਬੀ ਜਿਹੜਾ ਅੱਜ ਜਿਹੜਾ ਸਾਡਾ ਟੂਡੇ ਆ ਸਾਡਾ ਪੰਜਾਬੀ ਲੋਕਾਂ ਦਾ ਸੋਸਾਇਟੀ ਦਾ ਉਹਦੇ ਲਈ ਸਾਡਾ ਕੋਲ ਲਫ਼ਜ਼ ਕਲਚਰ ਜਿਹਨੂੰ ਕਹਿੰਦੇ ਹਾਂ ਉਹ ਹੈਗਾ ਪੰਜਾਬੀ ਸੱਭਿਆਚਾਰ ਜਿਹੜਾ ਅੱਜ ਦਾ ਸੱਭਿਆਚਾਰ ਆ ਉਹ ਕੱਲ੍ਹ ਨੂੰ ਜਿਹੜੇ ਬੱਚੇ ਆਉਣੇ ਆ ਉਹਨਾਂ ਦਾ ਵਿਰਸਾ ਬਣ ਜਾਣਾ ਹੈਰੀਟੇਜ ਬਣ ਜਾਣਾ ਸੋ ਜਿਹੜੇ ਸਾਡੇ ਬਜ਼ੁਰਗਾਂ ਦੀਆਂ ਚੀਜ਼ਾਂ ਹੈਗੀਆਂ ਦੱਸੀਆਂ ਹੋਈਆਂ ਉਹ ਸਾਡਾ ਪੰਜਾਬੀ ਵਿਰਸਾ ਆ ਅਸਲ ਵਿੱਚ ਅਤੇ ਉਹ ਇੰਨੀ ਵੱਡੀ ਚੀਜ਼ ਆ ਕਿ ਸਦੀਆਂ ਤੋਂ ਸਾਡੇ ਬਜ਼ੁਰਗਾਂ ਨੇ ਇੱਕ ਸਿਰਜੀ ਆ ਚੀਜ਼ ਉਸ ਚੀਜ਼ ਨੂੰ 2 ਘੰਟੇ 'ਚ 10 ਘੰਟੇ 'ਚ ਜਾਂ 10 ਸਾਲਾਂ 'ਚ ਦੱਸਣਾ ਬਹੁਤ ਮੁਸ਼ਕਲ ਆ ਤਾਂ ਸਾਰੀ ਜ਼ਿੰਦਗੀ ਬੰਦਾ ਸੋਚਦਾ ਸਿੱਖਦਾ ਰਹਿੰਦਾ ਫਿਰ ਬੰਦਾ ਨੂੰ ਇੱਕ ਅਚਾਨਕ ਨਵੀਂ ਗੱਲ ਪਤਾ ਲੱਗਦੀ ਹੈ ਵੀ ਸਾਡੇ ਬਜ਼ੁਰਗ ਤਾਂ ਇੱਦਾਂ ਕਰਦੇ ਹੁੰਦੇ ਸੀ ਕਹਿੰਦਾ ਅੱਛਾ ਯਾਰ ਇੱਦਾਂ ਵੀ ਕਰਦੇ ਸੀ ਸੋ ਪੰਜਾਬੀ ਵਿਰਸਾ ਇੱਕ ਬਹੁਤ ਵੱਡੀ ਚੀਜ਼ ਆ ਜਿਹਨੂੰ ਇੱਕ ਜਗ੍ਹਾ ਸਮੇਟਣਾ ਬਹੁਤ ਮੁਸ਼ਕਲ ਆ ਜਿਹੜਾ ਸਾਡਾ ਪੰਜਾਬੀ ਵਿਰਸਾ ਆ ਇਹ ਸਾਡੇ ਸ਼ੋਅ ਦਾ ਨਾਂ ਆ ਇਹ ਪੰਜਾਬੀ ਵਿਰਸਾ ਨਹੀਂ ਹੈਗਾ ਅਸਲ ਵਿੱਚ ਸਾਡੇ ਪੰਜਾਬ ਦਾ ਸਾਰਾ ਪੰਜਾਬੀ ਵਿਰਸਾ ਨਹੀਂ ਹੈਗਾ ਇਹ ਜਿੱਦਾਂ ਆਪਾਂ ਰੌਣਕ ਮੇਲਾ ਰੱਖ ਲੈਂਦੇ ਹਾਂ ਵਿਸਾਖੀ ਮੇਲਾ ਰੱਖ ਲੈਂਦੇ ਹਾਂ ਜਾਂ ਇਸ ਤਰ੍ਹਾਂ ਉਹ ਅਸੀਂ ਸ਼ੋਅ ਦਾ ਨਾਂ ਰੱਖਿਆ ਪੰਜਾਬੀ ਵਿਰਸਾ ਸੋ ਇਹਦੇ ਵਿੱਚ ਤਾਂ ਇੱਕ ਕਿਣਕਾ ਮਾਤਰ ਪੰਜਾਬੀ ਵਿਰਸੇ ਦਾ ਅਸੀਂ ਦਿਖਾ ਸਕਦੇ ਹਾਂ 2 ਘੰਟੇ 'ਚ ਪਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਉਹ ਸਾਡੇ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਜਿਹੜੀਆਂ ਰੀਤੀ ਰਿਵਾਜ ਪੁਰਾਣੇ ਹੈਗੇ ਉਹ ਅੱਗੇ ਬੱਚਿਆਂ ਤੱਕ ਪਹੁੰਚਣ ਉਹਨਾਂ ਨੂੰ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਣ ਅਤੇ ਤੁਸੀਂ ਪੁੱਛਿਆ ਸੀ ਕਿ ਕਿੱਦਾਂ ਇਹ ਮਨ ਦੇ ਵਿੱਚ ਆਇਆ ਉਹ ਇੱਦਾਂ ਪ੍ਰਦੀਪ ਜੀ ਸੀਗਾ ਕਿ 1993 'ਚ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਨਾ ਉਦੋਂ ਰਾਜਾ ਐਂਟਰਟੇਨਰਸ ਕੰਪਨੀ ਹੁੰਦੀ ਸੀ ਇੱਥੇ ਬਹੁਤ ਵੱਡੀ ਵੈਨਕੂਵਰ ਦੀ ਉਹੀ ਮੇਨ ਪ੍ਰਮੋਟਰ ਹੁੰਦੇ ਸੀ ਇੱਥੇ ਨੌਰਥ ਅਮਰੀਕਾ 'ਚ ਮਨਿੰਦਰ ਗਿੱਲ ਸਾਹਿਬ ਉਹਨਾਂ ਨੇ ਮੈਨੂੰ ਲਾਂਚ ਕੀਤਾ ਅਤੇ ਪੰਜਾਬ ਦੇ ਸਾਰੇ ਵੱਡੇ ਸਿੰਗਰ ਉਹਨਾਂ ਨਾਲ ਸਾਈਨ ਹੁੰਦੇ ਸੀ ਇੱਥੋਂ ਤੱਕ ਕਿ ਚਰਨਜੀਤ ਹੂਜਾ ਸਾਹਿਬ ਦਾ ਡਾਂਕਾ ਵੱਜਦਾ ਸੀ ਉਸ ਵੇਲੇ ਬਹੁਤ ਮਹਾਨ ਰੂਹ ਨੇ ਉਹ ਬਹੁਤ ਅਸ਼ੀਰਵਾਦ ਉਹਨਾਂ ਦਾ ਸਾਡੇ 'ਤੇ ਉਹ ਸਰਦੂਲ ਸਿਕੰਦਰ ਸਾਹਿਬ ਹੰਸ ਰਾਜ ਹੰਸ ਸਾਰੇ ਉਹਨਾਂ ਨਾਲ ਸਾਈਨ ਸੀਗੇ ਅਤੇ ਉਹਨਾਂ ਨੇ ਚਰਨਜੀਤ ਹੂਜਾ ਨਾਈਟ ਵੀ ਕਰਵਾਈ ਸੀ ਜਿਹਦੇ ਵਿੱਚ ਜੋ ਪੰਜਾਬ ਦਾ ਸਿੰਗਰ ਸਾਰੇ ਉਹਨਾਂ ਨੇ ਲੈ ਕੇ ਆਉਂਦੇ ਸੀ ਸੋ ਉਹ 15, 16, 10, 12 ਇੰਨੇ ਗਿਣਤੀ 'ਚ ਹੁਣ ਵੀ ਸਿੰਗਰ ਇੱਦਾਂ ਹੀ ਸ਼ੋਅ ਕਰਦੇ ਆ ਸਾਰੇ 10-10 ਦੇ 5-5, 7-7 ਦੇ ਗਰੁੱਪਾਂ ਵਿੱਚ ਹੀ ਆਉਂਦੇ ਆ ਬਿਲਕੁਲ ਸੋ ਮੈਂ ਵੀ ਪਹਿਲੇ ਸਾਲ ਜਿਹੜੇ 5-7 ਸਾਲ ਆ ਉਹ ਇੱਦਾਂ ਹੀ ਕੀਤੇ ਆ ਸ਼ੋਅ ਫਿਰ ਕਹੋ ਤਾਂ 10 ਸਾਲ ਹੀ ਇੱਦਾਂ ਕੀਤੇ ਆ 2003 ਵਿੱਚ ਕਮਲ ਹੀਰ ਦਾ ਗਾਣਾ ਚੱਲਿਆ ਕੁੜੀਏ ਨਹੀਂ ਸੱਗੀ ਫੁੱਲ ਵਾਲੀਏ ਕੈਂਠੇ ਵਾਲਾ ਪੁੱਛੇ ਤੇਰਾ ਨਾਂ ਜਦੋਂ ਉਹ ਗਾਣਾ ਚੱਲਿਆ ਅਤੇ ਸਾਡੇ ਘਰ ਦਾ ਮਾਹੌਲ ਇੱਕਦਮ ਬਦਲ ਗਿਆ ਇੱਕ ਤਾਂ ਅਸੀਂ ਧੰਨਵਾਦੀ ਲਹਿਜ਼ੇ 'ਚ ਬਹੁਤ ਜ਼ਿਆਦਾ ਆ ਗਏ ਪਹਿਲਾਂ ਤੋਂ ਵੀ ਕਿ ਸਾਡੇ ਸਦੇਤਾ ਸਾਨੂੰ ਪਰਮਾਤਮਾ ਨੇ ਕਿੱਡਾ ਮਾਣ ਦਿੱਤਾ ਅਤੇ ਦੂਜੀ ਗੱਲ ਫਿਰ ਅਸੀਂ ਉਦੋਂ 3 ਭਰਾਵਾਂ ਨੇ ਸੋਚਿਆ ਕਿ ਹੁਣ ਜਿਹੜਾ ਕਮਲ ਹੀਰ ਵੀ ਹਿੱਟ ਸਿੰਗਰ ਬਣ ਗਿਆ ਲੋਕਾਂ ਦੇ ਮਨਾਂ 'ਚ ਇਹਦਾ ਵੀ ਨਾਂ ਹੈਗਾ ਹੁਣ ਅਸੀਂ 3 ਭਰਾ ਮਿਲ ਕੇ ਇੱਕ ਸ਼ੋਅ ਕ੍ਰੀਏਟ ਕਰੀਏ ਨਾ ਕਿ ਇੱਧਰੋਂ ਉੱਧਰੋਂ ਹੈਲਪ ਸੋ ਫਿਰ ਪੰਜਾਬੀ ਵਿਰਸੇ ਦਾ ਆਗਾਜ਼ ਹੋਇਆ ਉੱਥੋਂ ਸ਼ੌਂਕੀ ਮੇਲੇ ਤੋਂ ਨਹੀਂ ਰੱਖੀ ਗਈ ਸੀ ਗੁਰਪ੍ਰੀਤ ਘੁੱਗੀ ਉਹਨਾਂ ਨੇ ਪਰ ਪ੍ਰੋਫੈਸ਼ਨਲੀ ਤੌਰ 'ਤੇ ਕਨੇਡਾ ਵਾਲਾ ਲਾਈਵ ਹੋਇਆ ਸੀ ਹੈ ਨਾ ਸੋ ਵਾਰਸ ਭਾਅ ਜੀ ਤੁਹਾਡੇ ਨਾਲ ਗੱਲਬਾਤ ਸਾਡੀ ਇਸੇ ਤਰ੍ਹਾਂ ਜਾਰੀ ਰਹੂਗੀ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਚਲੀਏ ਬ੍ਰੇਕ ਜ਼ਰੂਰ ਜੀ ਜ਼ਰੂਰ ਸੋ ਦਰਸ਼ਕੋ ਪ੍ਰੋਗਰਾਮ ਰੂਬਰੂ ਸਾਡਾ ਇਸੇ ਤਰ੍ਹਾਂ ਰਹੂਗਾ ਜਾਰੀ ਕੁੜੀਓ ਮੁੰਡਿਓ ਸੁਣ ਲਓ ਹੋਕਾ ਖਰਾ ਇਹ ਸੌਦਾ ਜ਼ਰਾ ਨਾ ਧੋਖਾ ਆ ਜਾਓ ਸਿੱਖ ਲਓ ਲੋਕ ਬੋਲੀਆਂ ਸਿੱਖ ਲਓ ਘੜੇ ਵਜਾਉਣੇ ਪੰਜਾਬੀ ਵਿਰਸਾ ਢੱਡ ਸਰੰਗੀ ਅਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਸੋ ਅੱਜ ਪੰਜਾਬੀ ਵਿਰਸੇ ਨਾਲ ਰਿਲੇਟਡ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਮਨਮੋਹਣ ਵਾਰਸ ਹੋਣਾ ਦੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਰੂਬਰੂ ਦੇ ਪ੍ਰਾਯੋਜਕ ਨੇ ਅੰਬਾ ਜਵੈਲਰਸ ਵਿਸ਼ਵਾਸ 30 ਸਾਲਾਂ ਦਾ ਬਸ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਰੂਬਰੂ ਦੇ ਵਿੱਚ ਸਾਡੇ ਨਾਲ ਅੱਜ ਜੁੜੇ ਹੋਏ ਨੇ ਪੰਜਾਬੀ ਗਾਇਕੀ ਦੇ ਵਾਰਸ ਮਨਮੋਹਣ ਵਾਰਸ ਵਾਰਸ ਭਾਅ ਜੀ ਵੈਸੇ ਸਵਾਲ ਮੈਨੂੰ ਪਤਾ ਕਈ ਦਰਸ਼ਕਾਂ ਨੂੰ ਨਹੀਂ ਪਤਾ ਹੋਏਗਾ ਹਾਂਜੀ ਮਨਮੋਹਣ ਵਾਰਸ ਮਨਮੋਹਣ ਸਿੰਘ ਤੋਂ ਮਨਮੋਹਣ ਵਾਰਸ ਕਿੱਦਾਂ ਬਣਿਆ ਹਾਂਜੀ ਅਸਲ ਵਿੱਚ ਹੀਰ ਤੋਂ ਜੀ ਕਿਉਂਕਿ ਸਾਡਾ ਲਾਸਟ ਨੇਮ ਹੀਰ ਆ ਸਾਡਾ ਗੋਤ ਹੀਰ ਆ ਕਈ ਮੈਨੂੰ ਪੁੱਛਦੇ ਹੁੰਦੇ ਆ ਕਿ ਜਿੱਦਾਂ ਪੁੱਛਦੇ ਨਹੀਂ ਵਾਰਸ ਬ੍ਰਦਰਸ ਸਾਨੂੰ ਕਹਿ ਦਿੰਦੇ ਆ ਵਾਰਸ ਭਰਾ ਮੀਡੀਆ ਵੀ ਸਾਰਾ ਕਹਿਣ ਲੱਗ ਪਿਆ ਸੀ ਵੀ ਉਹਨਾਂ ਦੇ ਅੱਗੇ ਸਿਰ ਝੁਕਾ ਦਿੱਤਾ ਮੀਡੀਆ ਨੇ ਇੰਨਾ ਜ਼ਿਆਦਾ ਸਾਨੂੰ ਸਤਿਕਾਰ ਦੇ ਕੇ ਪੂਰੀ ਦੁਨੀਆ 'ਚ
ਬਚਾਇਆ ਤੇ ਵਾਰਸ ਭਰਾ ਪੰਜਾਬੀ ਮੀਡੀਏ ਨੇ ਸਾਡਾ ਨਾਮ ਬਣਾਇਆ ਤੇ ਪਰ ਅਸਲ ਵਿੱਚ ਅਸੀਂ ਹੀਰ ਭਰਾ ਹਾਂ ਸੋ ਮਨਮੋਹਨ ਹੀਰ ਕਮਲ ਹੀਰ ਸੰਗਤਾਰ ਹੀਰ ਤੇ ਜਦੋਂ ਮੈਂ ਸਿੱਖਦਾ ਸੀ ਉਦੋਂ ਮੈਂ ਬਹੁਤ ਵਾਰੀ ਮੈਂ ਇਹ ਜ਼ਿਕਰ ਕੀਤਾ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਮੈਂ ਗਾਣਾ ਗਾ ਰਿਹਾ ਸੀ ਮੈਂ ਗੁਰੂ ਜੀ ਤੋਂ ਇੱਕ ਕਲਾਸੀਕਲ ਸਿੱਖਦੇ ਹੁੰਦੇ ਸੀ ਸਿਸਤਾ ਜਸਵੰਤ ਸਿੰਘ ਭਮਰਾ ਸਾਹਿਬ ਤੋਂ ਸਵਰਗਵਾਸ ਹੋ ਚੁੱਕੇ ਨੇ ਉਹ ਪਰ ਉਹਨਾਂ ਦੇ ਕੋਈ ਗੈਸਟ ਆਏ ਹੋਏ ਸੀ ਅਤੇ ਉਹਨਾਂ ਨੇ ਕਹਿ ਦਿੱਤਾ ਕਿ ਤੂੰ ਕੁਛ ਸੁਣਾ ਦੇ ਵੀ ਮੈਂ ਉਹ ਲੋਕ ਗੀਤ ਸੁਣਾ ਦਿੱਤਾ ਅਤੇ ਉਹ ਕਹਿੰਦੇ ਯਾਰ ਤੇਰੀ ਆਵਾਜ਼ 'ਚ ਨਾ ਇੱਕ ਐਸਾ ਕ ਹੈਗਾ ਕਣ ਹੈਗਾ ਪੰਜਾਬੀ ਲੋਕ ਗਾਇਕੀ ਦਾ ਤੂੰ ਤਾਂ ਵਾਰਸ ਬਣੂਗਾ ਕਿਸੇ ਦਿਨ ਲੋਕ ਗਾਇਕੀ ਸੰਭਾਲੂਗਾ ਇਹਨਾਂ ਨੂੰ ਨਹੀਂ ਪਤਾ ਉਹਨਾਂ ਵੱਲ ਹੱਥ ਕਰਕੇ ਕਹਿੰਦੇ ਇਹ ਨਹੀਂ ਸਮਝ ਸਕਦੇ ਮੈਂ ਉਹ ਚੀਜ਼ ਸਮਝਦਾ ਮੇਰੇ ਮਨ 'ਚ ਉਹ ਡਾਇਲੋਗ ਜਿਹਾ ਘਰ ਕਰ ਗਿਆ ਇੰਨੀ ਵੱਡੀ ਸਿਫਤ ਹੋਈ ਉਹ ਗੁਰੂ ਜੀ ਵੱਲੋਂ ਨਹੀਂ ਤਾਂ ਦਬਕੇ ਹੀ ਪੈਂਦੇ ਹੁੰਦੇ ਆ ਗੁਰੂ ਵੱਲੋਂ ਤਾਂ ਅਤੇ ਜਦੋਂ ਮੈਂ ਮਾਰਕੀਟ ਵਿੱਚ ਆਉਣਾ ਸੀ ਅਤੇ ਮੈਂ ਆਪਣਾ ਨਾਂ ਸੋਚਦਾ ਸੀ ਮਨਮੋਹਨ ਹੀਰ ਅਤੇ ਫਿਰ ਮੈਂ ਕਿਹਾ ਯਾਰ ਕੁਛ ਹੋਰ ਨਾਂ ਰੱਖਦੇ ਹਾਂ ਜਿੱਦਾਂ ਵੱਡਾ ਘੈਂਟ ਜਿਹਾ ਵੱਡਾ ਜਿਹਾ ਹੈ ਨਾ ਅਤੇ ਨਾਂ ਕਈ ਤਰ੍ਹਾਂ ਦੇ ਸੋਚਦੇ ਸੀ ਅਤੇ ਫਿਰ ਉਹ ਗੱਲ ਯਾਦ ਆਈ ਵਿਰਸੇ ਵਾਰਸ ਵਾਲੀ ਅਤੇ ਫਿਰ ਮੈਂ ਗੁਰੂ ਜੀ ਨੂੰ ਪੁੱਛਿਆ ਤੁਸੀਂ ਇੱਦਾਂ ਕਿਹਾ ਸੀ ਮੈਂ ਵਾਰਸ ਰੱਖ ਸਕਦਾ ਨਾ ਉਹ ਕਹਿੰਦੇ ਕਿਉਂ ਨਹੀਂ ਬੇਟਾ ਤੂੰ ਰੱਖ ਲਿਆ ਬਹੁਤ ਸੋਹਣਾ ਜੱਚਦਾ ਆ ਅਤੇ ਬਸ ਮੈਂ ਦੇਈ ਮਨਮੋਹਨ ਹੀਰ ਤੋਂ ਮਨਮੋਹਨ ਵਾਰਸ ਬਣ ਗਿਆ ਅਤੇ ਬਾਕੀ ਜਿਹੜਾ ਲੋਕ ਗਾਇਕੀ ਦਾ ਵਾਰਸ ਲੋਕ ਗੀਤਾਂ ਦਾ ਵਾਰਸ ਉਹ ਮੈਨੂੰ ਤੁਸੀਂ ਬਣਾ ਦਿੱਤਾ ਪਿਆਰ ਕਰਨ ਵਾਲਿਆਂ ਨੇ ਉਹ ਤਾਂ ਮੈਂ ਸ਼ਾਇਦ ਕਦੇ ਵੀ ਨਾ ਬਣ ਸਕਾਂ ਜਿਹੜੇ ਗੀਤ ਕਰਕੇ ਮਨਮੋਹਨ ਹੀਰ ਤੋਂ ਮਨਮੋਹਨ ਵਾਰਸ ਦਾ ਨਾਂ ਤੁਹਾਨੂੰ ਦਿੱਤਾ ਹੈ ਨਾ ਲੋਕ ਗੀਤ ਕਰਕੇ ਜਿਹੜੇ ਤੁਸੀਂ ਉਹਨਾਂ ਦੇ ਕੋਲੇ ਉਸ ਟਾਈਮ ਰਿਹਰਸਲ ਕਰਦੇ ਉਹਦੇ ਅਜੇ ਦੋ ਬੋਲ ਹਾਂ ਕਿਉਂ ਨਹੀਂ ਹਾਂਜੀ ਦੁਨੀਆ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਚੱਲ ਅਸੀਂ ਵੀ ਚੱਲੀਏ ਵੇ ਚੱਲ ਅਸੀਂ ਵੀ ਚੱਲੀਏ ਵੇ ਸੋਹਣਿਆ ਸਾਨੂੰ ਕਿਹਦੀ ਚੋਰੀ ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਕਿਆ ਬਾਤ ਹੈ ਮਨਮੋਹਨ ਵਾਰਸ ਔਰ ਵਿਰਸਾ ਹਾਂਜੀ ਵਾਰਸ ਅਤੇ ਵਿਰਸਾ ਇੱਕ ਦੂਜੇ ਦੇ ਕਿੰਨਾ ਨੇੜੇ ਹਾਂਜੀ ਇਹ ਕੁਦਰਤੀ ਜੁੜ ਗਿਆ ਜੀ ਕੁਛ ਵੀ ਨਾ ਸਾਡੇ ਪਰਿਵਾਰ ਵਿੱਚ ਸਕੀਮਾਂ ਲਾ ਕੇ ਬਹੁਤ ਸੋਚ ਸਮਝ ਕੇ ਨਹੀਂ ਕੀਤਾ ਜਾਂਦਾ ਜਿੱਦਾਂ ਪਰਮਾਤਮਾ ਦੀ ਰਜ਼ਾ 'ਚ ਤੁਰੇ ਰਹੀਦਾ ਜਿੱਦਾਂ ਜੋ ਪਰਮਾਤਮਾ ਜਿੱਧਰ ਨੂੰ ਲਿਜਾਂਦਾ ਵਹਿਣ ਵਗਦਾ ਆ ਉੱਧਰ ਨੂੰ ਹੀ ਤੁਰਦੇ ਰਹੀਦਾ ਉਲਟ ਪਾਸੇ ਨੂੰ ਨਹੀਂ ਜਾਣ ਦੀ ਕੋਸ਼ਿਸ਼ ਕੀਤੀ ਪੁੱਠੇ ਪਾਸੇ ਨੂੰ ਸੋ ਜਦੋਂ ਉੱਧਰ ਨੂੰ ਪਰਮਾਤਮਾ ਦੀ ਰਜ਼ਾ 'ਚ ਤੁਰੇ ਜਾਂਦੇ ਹਾਂ ਤਾਂ ਆਪੇ ਚੀਜ਼ਾਂ ਉਹ ਰਲਦੀਆਂ ਜਾਂਦੀਆਂ ਮਿਲਦੀਆਂ ਜਾਂਦੀਆਂ ਅਤੇ ਵਧੀਆ ਹੁੰਦਾ ਜਾਂਦਾ ਆ ਅਤੇ ਜਦੋਂ ਪੰਜਾਬੀ ਵਿਰਸਾ ਸ਼ੁਰੂ ਕੀਤਾ ਤੁਸੀਂ ਜਦੋਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਲਾਈਨਾਂ ਦਾ ਜ਼ਿਕਰ ਕੀਤਾ ਸੀ ਲੈ ਲਓ ਪੰਜਾਬੀ ਵਿਰਸਾ ਢੱਡ ਸਰੰਗੀ ਅਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ ਉਦੋਂ ਉਹ ਗਾਣਾ ਰਿਕਾਰਡ ਕਰਕੇ ਇਹ ਵੀ ਨਹੀਂ ਪਤਾ ਸੀ ਕਿ ਐਡੀ ਵੱਡੀ ਚੀਜ਼ ਬਣੂਗਾ ਅਸੀਂ ਉਹ ਤੋਂ ਬਾਅਦ ਜਦੋਂ ਸ਼ੋਅ ਦਾ ਨਾਂ ਰੱਖਿਆ ਮੈਂ ਤੁਹਾਨੂੰ ਦੱਸਿਆ 2004 ਵਿੱਚ ਪੰਜਾਬੀ ਵਿਰਸਾ ਮੈਂ ਸੱਚ ਜਾਣਿਓ ਸੱਚੇ ਦਿਲ ਨਾਲ ਕਹਿੰਦਾ ਸੀ ਇੱਕੋ ਹੀ ਸਾਲ ਲਈ ਉਹ ਨਾਂ ਰੱਖਿਆ ਸੀ 2004 ਲਈ 5 'ਚ ਅਸੀਂ ਫਿਰ ਸੋਚਣਾ ਸੀ ਕਿ ਹੁਣ ਰੱਖੀਏ ਪੰਜਾਬੀ ਰੌਣਕਾਂ ਜਾਂ ਵਿਸਾਖੀ ਮੇਲਾ ਜਾਂ ਫਿਰ ਕੋਈ ਨਾਂ ਨਵਾਂ ਗਾਣਾ ਜਾਂ ਮਸਤੀ ਸ਼ੋਅ ਦਾ ਰੱਖਦੇ ਹਾਂ ਨਾ ਅਤੇ ਅਸੀਂ 2004 ਲਈ ਰੱਖਿਆ ਸੀ ਪਰ ਅਸੀਂ ਉਹ ਟੋਰਾਂਟੋ ਵਾਲਾ ਸ਼ੋਅ ਅਸੀਂ ਉਦੋਂ 16 ਸ਼ੋਅ ਕੀਤੇ ਸੀ ਜਾਂ 20 ਕੀਤੇ ਸੀ ਮੇਰਾ ਖਿਆਲ USA ਵਿੱਚ ਅਤੇ 6-7-8 ਸ਼ੋਅ ਕੀਤੇ ਸੀ ਕੈਨੇਡਾ ਵਿੱਚ ਪਰ ਟੋਰਾਂਟੋ ਵਾਲਾ ਇੱਕ ਸ਼ੋਅ ਅਸੀਂ ਰਿਕਾਰਡ ਕੀਤਾ ਅਤੇ ਸਾਡੀ ਆਪਣੀ ਕੰਪਨੀ ਸੀ ਪਲਾਜ਼ਮਾ ਰੈਕਰਡ ਅਸੀਂ ਉਹਦੇ 'ਤੇ ਰਿਲੀਜ਼ ਕਰ ਦਿੱਤਾ ਉਹ ਤਾਂ ਇੰਨਾ ਪਸੰਦ ਕੀਤਾ ਗਿਆ ਮੈਥੋਂ ਕੁਝ ਵੀ ਨਹੀਂ ਲੁਕਾਇਆ ਤੇਰੇ ਮਾਲਕ ਨੇ ਮੇਰੇ ਮਾਲਕ ਨੇ ਮੇਰੀ ਝੋਲੀ ਸਭ ਕੁਝ ਪਾਇਆ ਵਗੈਰਾ ਵਗੈਰਾ ਗੀਤ ਪੂਰੇ ਪੂਰੇ ਗੀਤ ਹੀ ਯਾਦ ਹੋ ਗਏ ਪੂਰੇ ਯਾਦ ਜੀ ਹਾਂਜੀ ਹਰ ਰਾਤ ਜਾਗਾ ਮੈਂ ਦੀਵਾਲੀ ਵਾਲੇ ਦੀਵੇ ਵਾਂਗੂ ਜਦੋਂ ਲੱਗ ਗਿਆ ਤੂੰ ਸਾਥੋਂ ਦੂਰ ਉਹ ਲਾਈਵ ਗਾਇਆ ਸੀ ਸਾਰੇ ਅਤੇ ਉਹ ਇੰਨਾ ਪਸੰਦ ਕੀਤਾ ਸਾਨੂੰ ਪੂਰੀ ਦੁਨੀਆ 'ਚੋਂ ਜਿੱਥੇ ਕਿਤੇ ਵੀ ਸਰੋਤੇ ਸਾਡੇ ਵੱਸਦੇ ਆ ਉੱਥੋਂ ਸੁਨੇਹੇ ਆਉਣ ਲੱਗ ਪਏ ਪ੍ਰਮੋਟਰਾਂ ਦੇ ਸਾਡੇ ਪਿਆਰਿਆਂ ਦੇ ਸਾਡੇ ਸ਼ਹਿਰ 'ਚ ਪੰਜਾਬੀ ਵਿਰਸਾ ਕਦੋਂ ਹੋਣਾ ਸਾਡੇ ਦੇਸ਼ 'ਚ ਪੰਜਾਬੀ ਵਿਰਸਾ ਕਦੋਂ ਹੋਣਾ ਸੋ ਜਿਹੜਾ ਇਹ ਪੰਜਾਬੀ ਵਿਰਸਾ ਨਾਂ ਦਿੱਤਾ ਨਾ ਕਿ 2004 ਤੋਂ ਬਾਅਦ ਹੁਣ ਪੰਜਾਬੀ ਵਿਰਸਾ 2005 ਫਿਰ ਅਸੀਂ ਇੰਗਲੈਂਡ ਕੀਤਾ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ ਹੱਥ ਵਿੱਚ ਪਾਇਆ ਕੜਾ ਹੋਵੇ ਪਹਿਚਾਣ ਪੰਜਾਬੀ ਦੀ ਉਹ 2005 ਦਾ ਆ ਉਹ ਜਿਹੜਾ ਪੰਜਾਬੀ ਵਿਰਸਾ ਨਾਂ ਰੱਖਿਆ ਨਾ ਉਹ ਅਸੀਂ ਜਾਣ ਬੁੱਝ ਕੇ ਨਹੀਂ ਰੱਖਿਆ ਸਾਡੇ ਸਰੋਤਿਆਂ ਨੇ ਰੱਖਤਾ ਨਾ ਉਹ ਕਹਿੰਦੇ ਕਿ ਸਾਡੇ ਸ਼ਹਿਰ 'ਚ ਪੰਜਾਬੀ ਵਿਰਸਾ ਕਰੋ ਜੀ ਸਾਡੇ ਦੇਸ਼ 'ਚ ਕਰੋ ਫਿਰ ਅਸੀਂ ਉਹ ਲੜੀ ਚਲਾ ਲਈ ਅਤੇ ਇੰਨਾ ਵੀ ਨਹੀਂ ਲੰਬਾ ਸੋਚਿਆ ਸੀ ਹੁਣ ਦੇਖ ਲਓ 2016 ਆ ਗਿਆ ਜੀ 2004 ਦੇ ਸ਼ੁਰੂ ਕੀਤੇ 12 ਸਾਲ ਰਾਂਝੇ ਨੇ ਮੱਝਾਂ ਚਾਰੀਆਂ ਸੀ ਕਹਿੰਦੇ ਸੋ ਅਸੀਂ ਦੇਖ ਲਓ 12 ਸਾਲ ਪੂਰੇ ਹੋ ਗਏ ਅਤੇ ਖੂਹ ਗੇੜਿਆ ਕਿਸੇ ਨੇ 12 ਸਾਲ ਕੋਈ ਭੋਰੇ 'ਚ ਪਿਆ ਰਿਹਾ 12 ਸਾਲ ਅਤੇ ਬਣਵਾਸ ਕਿਸੇ ਨੂੰ 12 ਸਾਲ ਦਾ ਮਿਲਿਆ ਸੋ ਅਸੀਂ ਇਹ ਜਿਹੜੇ 12 ਸਾਲ ਦਾ ਇੱਕ ਬੜਾ ਮੇਨ ਪੀਰੀਅਡ ਹੁੰਦਾ
ਪੰਜਾਬੀ ਵਿਰਸਾ ਨੇ ਪੂਰਾ ਕੀਤਾ। ਵਰਲਡ ਵਾਈਡ ਸਭ ਤੋਂ ਵੱਧ ਗਿਣਤੀ 'ਚ ਹੋਣ ਵਾਲਾ ਪੰਜਾਬੀ ਸ਼ੋਅ ਆ ਇਹ, ਸਭ ਤੋਂ ਵੱਡੀ ਗਿਣਤੀ 'ਚ ਲੋਕ ਸਾਡੇ ਸਰੋਤੇ ਪਹੁੰਚਦੇ ਨੇ, ਅਸੀਂ ਹਰੇਕ ਸ਼ਹਿਰ 'ਚ ਹਰੇਕ ਕੰਟਰੀ 'ਚ ਜਾ ਕੇ ਹੋਕਾ ਦਿੰਦੇ। ਕੀ ਬਾਤ ਹੈ, ਬਿਲਕੁਲ। ਹੁਣ ਇੱਕ ਸਵਾਲ ਆ ਜਿਹੜਾ ਤੁਹਾਡੇ ਚਾਹੁਣ ਵਾਲਿਆਂ ਦੇ ਹਰੇਕ ਦੇ ਮਨਾਂ ਦੇ ਵਿੱਚ ਆ, ਪਰ ਅਸਲ ਦੇ ਵਿੱਚ ਉਹਨਾਂ ਨੂੰ ਕਹਾਣੀ ਦਾ ਨਹੀਂ ਪਤਾ। ਮੈਂ ਗੱਲ ਦੇਬੀ ਮਖਸੂਸਪੁਰੀ ਬਾਰੇ ਥੋੜ੍ਹੀ ਜਿਹੀ ਕਰਨਾ ਚਾਹੁੰਦਾ। ਹਾਂਜੀ, ਵੀ ਜਦੋਂ ਵੀ ਗੱਲ ਆਉਂਦੀ ਹੈ ਮਨਮੋਹਨ ਵਾਰਸ ਦੀ, ਤਾਂ ਮਨਮੋਹਨ ਵਾਰਸ ਦੇ ਅੱਜ ਜੇ ਆਪਾਂ ਗੱਲ ਕਰੀਏ ਜਿਹੜਾ ਉਹਦਾ ਮੁਕਾਮ, ਉਹਦੇ ਵਿੱਚ ਦੇਬੀ ਮਖਸੂਸਪੁਰੀ ਦਾ ਬਹੁਤ ਵੱਡਾ ਰੋਲ ਹੈ। ਹਾਂਜੀ, ਬਹੁਤ ਜ਼ਿਆਦਾ ਗਾਣੇ ਹਿੱਟ ਆ ਜਿਹੜੇ ਤੁਸੀਂ ਉਹਨਾਂ ਦੇ ਗਾਏ, ਹੈ ਨਾ। ਉਹਨਾਂ ਦੇ ਨਾਲ ਤੁਹਾਡੀ ਜਿਹੜੀ ਇੱਕ ਜੋੜੀ ਚੱਲੀ ਆ ਰਹੀ ਸੀਗੀ, ਉਹਦੇ ਵਿੱਚ ਕੀ ਕਾਰਨ ਬਣੇ ਵੀ ਦੇਬੀ ਮਖਸੂਸਪੁਰੀ ਨੂੰ ਤੁਸੀਂ ਹੁਣ ਨਹੀਂ ਗਾਉਂਦੇ? ਹਾਂਜੀ, ਉਹ ਇੱਦਾਂ ਆ ਜੀ, ਜਦੋਂ ਦੇਬੀ ਮਖਸੂਸਪੁਰੀ ਨੂੰ ਗਾਉਂਦੇ ਸੀ ਨਾ, ਦੇਬੀ ਮਖਸੂਸਪੁਰੀ ਨੂੰ ਨਹੀਂ ਗਾਉਂਦੇ ਸੀ, ਉਦੋਂ ਮੇਰੀ ਪਹਿਲੀ ਦੂਜੀ ਕੈਸਟ ਜਿਹੜੀ ਆ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ, ਉਹ ਦਵਿੰਦਰ ਖੰਨੇ ਵਾਲੇ ਦਾ ਗਾਣਾ ਸੀ, ਮਿੱਤਰਾਂ ਨੂੰ ਮਾਰ ਸੁੱਟਦਾ ਸੱਤ ਰੰਗਾ ਲਿਸ਼ਕਾਰਾ, ਮਿੱਤਰਾਂ ਨੇ ਇੰਝ ਲੱਗਦਾ ਸੱਜਰੇ ਚੱਲੇ ਮੁਕਲਾਵੇ, ਦਿਲ ਟੁਕੜੇ ਟੁਕੜੇ ਕਰਕੇ ਸੱਜਣ ਮੁੜ ਗਏ। ਪਹਿਲੀ ਕੈਸਟ 'ਚ ਮੇਰਾ ਹਾਈ ਨਹੀਂ ਮੇਰੀ ਇਹ ਜਾਣੇ ਹੁਣ ਕਦ ਮੇਲ ਹੋਣਗੇ, ਜਸਵੀਰ ਗੁਣਾ ਚੋਰੀਆ ਸਭ ਤੋਂ ਜ਼ਿਆਦਾ ਹਿੱਟ ਗਾਣਾ ਜਿਹੜਾ ਮੇਰਾ ਅੱਜ ਕੱਲ੍ਹ ਦਾ, ਅੱਜ ਤੱਕ ਦਾ, ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਉਹ ਬਹੁਤ ਮੈਂ ਸਾਰੇ ਸਿੰਗਰਾਂ ਨੂੰ ਹੀ ਗਾਉਂਦਾ, ਸਾਰੇ ਰਾਈਟਰਾਂ ਨੂੰ, ਉਹ ਗਾਣੇ ਮੈਂ ਨਹੀਂ ਉਹਨਾਂ ਨੂੰ ਗਾਉਂਦਾ, ਵੀ ਮੈਂ ਨਹੀਂ ਗਾਉਂਦਾ, ਉਹ ਨਹੀਂ ਗਾਣੇ ਦਿੰਦੇ, ਇਕੱਲੇ ਮੈਨੂੰ ਹੀ ਨਹੀਂ ਦਿੰਦੇ, ਉਹ ਕਿਸੇ ਨੂੰ ਵੀ ਨਹੀਂ ਪੰਜਾਬ 'ਚ ਗਾ ਸਿੰਗਰ ਨੂੰ ਦਿੰਦੇ। ਪਹਿਲਾਂ ਸਰਦੂਲ ਸਿਕੰਦਰ ਹੁਣੀ, ਉਹਨਾਂ ਦੇ ਗਾਣੇ ਗਾਏ ਆ, ਸਾਨੂੰ ਤੇਰੇ ਸ਼ਹਿਰ ਦੀਆਂ ਗੇੜਿਆਂ ਨੇ ਖਾ ਲਿਆ, ਹੰਸਰਾਜ ਹੰਸ ਨੇ ਗਾਏ ਆ, ਅਤੇ ਉਹ ਕਿਤੇ ਵੀ ਗਾਣਾ ਬਾਹਰ ਨਹੀਂ ਦਿੰਦੇ ਹੈਗੇ, ਅਤੇ ਉਹ ਗਾਇਕ ਦੇ ਤੌਰ 'ਤੇ ਮਾਰਕੀਟ 'ਚ ਆਉਣਾ ਆਏ ਹੋਏ ਆ, ਉਹਨਾਂ ਦੀਆਂ ਮੇਰੇ ਨਾਲੋਂ ਤਾਂ ਜ਼ਿਆਦਾ ਸੀਡੀਜ਼ ਆਈਆਂ ਹੋਈਆਂ ਉਹ, ਅਤੇ ਉਹ ਗੁਰਦਾਸ ਮਾਨ ਸਾਹਿਬ ਨੂੰ ਫੋਲੋ ਕਰ ਰਹੇ ਆ, ਉਹ ਕਹਿੰਦੇ ਕਿ ਮੈਂ ਉਸੇ ਤਰੀਕੇ ਨਾਲ ਮਾਰਕੀਟ ਵਿੱਚ ਵਿਚਰਾਂ, ਕਿ ਜਿੱਦਾਂ ਗੁਰਦਾਸ ਮਾਨ ਸਾਹਿਬ ਕਿੱਡੇ ਵੱਡੇ ਰਾਈਟਰ, ਉਹ ਸਭ ਤੋਂ ਵੱਡੇ ਰਾਈਟਰ ਆ, ਉਹਨਾਂ ਨੂੰ ਕਿਸੇ ਨੇ ਵੀ ਨਹੀਂ ਗਾਇਆ, ਹੈ ਨਾ। ਸੋ ਇਸ ਤਰ੍ਹਾਂ ਉਹ ਇੱਕ ਗਾਇਕ ਦੇ ਤੌਰ 'ਤੇ ਵਿਚਰਨਾ ਚਾਹੁੰਦੇ ਆ, ਜਿਹੜੇ ਲੋਕ ਮੁੜ ਮੁੜ ਕੇ ਕਹਿੰਦੇ ਰਹਿੰਦੇ ਆ ਕਿ ਇਹ ਗਾਉਣ, ਉਹਨਾਂ ਨੂੰ ਮੁੜ ਕੇ ਇਕੱਲੇ ਇੱਕ ਗਾਇਕ ਦਾ ਠੱਪਾ ਲਾ ਕੇ ਰਾਈਟਰ ਬਣਾਉਣਾ ਚਾਹੁੰਦੇ ਆ, ਯਾਨੀ ਕਿ ਉਹਨਾਂ ਦੀ ਰੋਟੀ ਰੋਜ਼ੀ ਸਿੰਗਿੰਗ ਨਾਲ ਚੱਲਦੀ ਆ। ਸੋ ਜਿਹੜੇ ਉਹਨਾਂ ਦੇ ਵੈਲਵਿਸ਼ਰ ਆ, ਮੇਰੀ ਉਹਨਾਂ ਨੂੰ ਪਿਆਰ ਭਰੀ ਬੇਨਤੀ ਹੈ, ਇਕੱਲਾ ਮੈਂ ਹੀ ਨਹੀਂ ਗਾਉਂਦਾ, ਉਹ ਕਿਸੇ ਨੂੰ ਵੀ ਨਹੀਂ ਪੰਜਾਬ 'ਚ ਗਾਣਾ ਦਿੰਦੇ, ਅਤੇ ਉਹ ਗਾਇਕ ਬਣਨਾ ਚਾਹੁੰਦੇ ਨਹੀਂ, ਬਹੁਤ ਵੱਡੇ ਗਾਇਕ ਆ ਤੁਸੀਂ, ਜਿਹੜੇ ਉਹਨਾਂ ਦੇ ਗਾਣਿਆਂ ਨੂੰ ਸੁਣਨਾ ਚਾਹੁੰਦੇ ਆ, ਜਾਂ ਮੇਰੇ ਪੁਰਾਣੇ ਪਹਿਲੇ ਗਾਏ ਸੁਣ ਲਿਆ ਕਰੋ, ਅਤੇ ਨਵੇਂ ਉਹਨਾਂ ਦੇ ਰੋਜ਼ ਨਿੱਤ ਨਵੇਂ ਉਹਨਾਂ ਦੇ ਗਾਣੇ ਆਉਂਦੇ, ਉਹਨਾਂ ਦੀ ਆਵਾਜ਼ 'ਚ ਗਾਏ ਹੋਏ, ਉਹਨਾਂ ਨੂੰ ਸੁਣਿਆ ਕਰੋ। ਇਹ ਮੇਰਾ ਖਿਆਲ ਕਲੀਅਰ ਹੋ ਜਾਊਗੀ ਸਾਰਿਆਂ ਨੂੰ। ਜਿੱਥੋਂ ਤੱਕ ਪਿਆਰ ਦੀ ਗੱਲ ਹੈ, ਉਹ ਮੈਂ ਮੂੰਹੋਂ ਕਹੂੰਗਾ ਅਤੇ ਗੱਲ ਬਣਨੀ ਨਹੀਂ, ਉਹ ਜਿਹੜਾ ਵੀ ਸੱਜਣ ਦੇਬੀ ਮਖਸੂਸਪੁਰੀ ਸਾਹਿਬ ਦੇ ਨੇੜੇ ਆ, ਉਹ ਦੇਬੀ ਭਾਜੀ ਨੂੰ ਪੁੱਛ ਲਵੇ ਕਿ ਸਾਡਾ ਪਿਆਰ ਕਿੰਨਾ ਆ। ਮੇਰਾ ਖਿਆਲ ਮੈਂ ਕਹਾਂ ਤਾਂ ਫਿਰ ਕਹਿਣਾ ਯਾਰ ਗੱਲ ਬਣਾ ਕੇ ਕਰੀ ਜਾਂਦਾ, ਉਹ ਮਖਸੂਸਪੁਰੀ ਸਾਹਿਬ ਨੂੰ ਪੁੱਛ ਲਵੇ ਕਿ ਸਾਡਾ ਪਰਿਵਾਰਕ ਪਿਆਰ ਕਿੰਨਾ ਕੁ ਚੱਲ ਰਿਹਾ। ਠੀਕ ਹੈ। ਸੋ ਵਾਰਸ ਭਾਅ ਜੀ, ਤੁਹਾਡੇ ਨਾਲ ਬੜੀਆਂ ਚੰਗੀਆਂ ਗੱਲਾਂ ਬਾਤਾਂ ਹੋਈਆਂ, ਔਰ ਤੁਹਾਡੀਆਂ ਗੱਲਾਂ ਬਾਤਾਂ ਮੇਰੇ ਖਿਆਲ ਨਵੇਂ ਸਿੰਗਰਾਂ ਨੂੰ ਬੜੀਆਂ ਚੰਗੀਆਂ ਲੱਗਣਗੀਆਂ, ਤਾਂ ਉਹਨਾਂ ਦੀ ਸੋਚ ਆ ਜਿਹੜੀ ਉਹ ਵੀ ਤੁਹਾਡੇ ਵਰਗੀ ਬਣੂਗੀ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਪ੍ਰੋਗਰਾਮ ਦਾ ਟਾਈਮ ਘੱਟ ਰਹਿ ਗਿਆ, ਅਤੇ ਜਾਂਦੇ ਜਾਂਦੇ ਜੇ ਕੋਕਾ ਕਰਕੇ ਧੋਖਾ ਗੀਤ ਦੀਆਂ ਦੋ ਲਾਈਨਾਂ ਹੋ ਜਾਣ, ਕਿਉਂਕਿ ਲਾਈਟ ਜੀਆਂ ਗੱਲਾਂ ਬਾਤਾਂ ਵੀ ਨਾਲ ਦੀ ਨਾਲ ਬਹੁਤ ਜ਼ਰੂਰੀ ਨੇ, ਲਾਈਟ ਜਿਹਾ ਮੂਡ ਵੀ ਬੜਾ ਜ਼ਰੂਰੀ ਹੈ। ਹਾਂਜੀ, ਨਹੀਂ ਠੀਕ ਹੈ ਜੀ, ਮੰਗਲ ਹਠੂਰ ਉਹਨਾਂ ਦਾ ਲਿਖਿਆ ਇਹ ਗੀਤ ਆ, ਅਤੇ ਖਾਸੀਅਤ ਇਹ ਹੁੰਦੀ ਹੈ ਕਿ ਭੰਗੜੇ ਵਾਲਾ ਗੀਤ ਹੋਵੇ। ਬੇਸ਼ੱਕ ਇੱਕ ਮੰਗਲ ਹਠੂਰ ਦਾ ਮੈਂ ਗਾਣਾ ਗਾਇਆ ਸੀ, ਕਈ ਸੱਜਣ ਇੰਨਾ ਡੂੰਘਾਈ 'ਚ ਨਹੀਂ ਸੋਚਦੇ ਸੀ ਕੀ ਗਾ ਜਾਂਦੇ ਹਾਂ, ਬੜੀ ਲਾਈਟ ਗੱਲ ਆ, ਕੋਕਾ ਸੁਣਾ ਦਿੰਦਾ ਮੈਂ। ਕੱਲ੍ਹ ਤਾਂ ਅਸੀਂ ਖਾਲੀ ਹੱਥ ਸੋਹਣੀਏ, ਅੱਜ ਇਹ ਛੱਲਾ ਕਿੱਥੋਂ ਪਾ ਲਿਆ, ਚਿਹਰੇ ਉੱਤੇ ਛਾਈ ਲਾਲੀ ਦੱਸਦੀ, ਦਿਲ ਕਿਸੇ ਗੱਭਰੂ ਨਾਲ ਲਾ ਲਿਆ। ਹੁਣ ਕਿੰਨੀ ਲਾਈਟ ਗੱਲ ਆ, ਪਰ ਇਹਦੇ ਵਿੱਚ ਇੱਕ ਸਾਡੇ ਸਮਾਜ ਦੀ ਮੇਨ ਕਿੱਡੀ ਵੱਡੀ ਗੱਲ ਅੰਤਰੇ 'ਚ ਕੀਤੀ ਗਈ ਆ। ਕਹਿੰਦਾ ਕੂਲੇ ਕੂਲੇ ਪੈਰ ਅਤੇ ਕਰੀਰ ਰਾਹਾਂ 'ਚ, ਬਾਪੂ ਵਾਲੀ ਪਗੜੀ ਅਤੇ ਵੀਰ ਰਾਹਾਂ 'ਚ। ਹੁਣ ਜੇ ਅੱਖ ਨਾਲ ਅੱਖ ਮਣਾ ਲਈ, ਇੱਥੇ ਗੱਲ ਮੁੱਕਣੀ ਨਹੀਂ, ਬਾਪੂ ਦੀ ਪਗੜੀ ਵੀ ਅੱਗੇ ਆਉਣੀ ਹੈ, ਭਰਾਵਾਂ ਦੀ ਅਣਖ ਦਾ ਸਵਾਲ ਵੀ ਅੱਗੇ ਆਉਣਾ। ਬਾਪੂ ਵਾਲੀ ਪਗੜੀ ਅਤੇ ਵੀਰ ਰਾਹਾਂ 'ਚ, ਕੱਢੂਗਾ ਸ਼ਿਕਾਰੀ ਕੋਈ ਆਣ ਕੇ, ਦਿਲ ਤਾਂ ਕੜਿੱਕੀ 'ਚ ਫਸਾ ਲਿਆ। ਸੋ ਇਹ ਇਹ ਆ ਵਿਰਸਾ, ਹੈ ਨਾ ਸਾਡਾ, ਹੈ ਨਾ, ਸਾਡਾ ਇਸ਼ਕ ਲਾਏ ਅਤੇ ਗੱਲ ਮੁੱਕ ਨਹੀਂ ਜਾਂਦੀ ਹੈਗੀ। ਉਹ ਤੋਂ ਬਾਅਦ ਜਿਹੜੇ ਮੂਹਰੇ ਮੁਸ਼ਕਲਾਂ ਆਉਣੀਆਂ, ਸਮਾਜ ਦੀਆਂ ਰਸਮਾਂ ਰੀਤੀ ਰਿਵਾਜ ਮੂਹਰੇ ਖੜ੍ਹਦੇ ਹਾਂ, ਅਸੀਂ ਉਹਨਾਂ ਦਾ ਵੀ ਉਸੇ ਗੀਤ 'ਚ ਜ਼ਿਕਰ ਕਰ ਜਾਂਦੇ ਹਾਂ। ਕੋਕਾ ਕਰਕੇ ਧੋਖਾ ਸੁਣਾਉਣਾ, ਤੇਰਾ ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ, ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ, ਦਿਨ ਯਾਦ ਕਰਾਂ ਮੁਟਿਆਰੇ ਨੀ, ਜਾਂ ਗਿਣਾ ਰਾਤ ਨੂੰ ਤਾਰੇ, ਮੈਂ ਦੋਹਾਂ ਕੰਮਾਂ ਜੋਗਾ ਰਹਿ ਗਿਆ, ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ, ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ। ਮੈਂ ਦਿਲੋਂ ਇੰਨੀ ਮਿਹਨਤ ਕਰੂੰਗਾ ਕਿ ਤੁਹਾਡਾ ਮਾਣ ਕਦੇ ਟੁੱਟੇ ਨਾ, ਤੁਹਾਨੂੰ ਹਮੇਸ਼ਾ ਸਾਡੇ ਤੇ ਫਖਰ ਰਹੇ। ਬਹੁਤ ਬਹੁਤ ਸ਼ੁਕਰੀਆ।
ਸੋ ਦਰਸ਼ਕੋ ਇਹ ਸੀ ਸਾਡਾ ਅੱਜ ਦਾ ਰੂਬਰੂ ਪ੍ਰੋਗਰਾਮ ਮਨਮੋਹਨ ਵਾਰਸ ਹੋਣਾ ਦੇ ਨਾਲ। ਉਮੀਦ ਹੈ ਤੁਹਾਨੂੰ ਸਾਡੀ ਗੱਲਬਾਤ ਆ ਜਿਹੜੀ ਚੰਗੀ ਲੱਗੀ ਹੋਏਗੀ। ਚੰਗੀ ਗਾਇਕੀ ਦੇ ਗਾਹਕ ਅੱਜ ਵੀ ਨੇ, ਗਾਉਣ ਵਾਲੇ ਚਾਹੀਦੇ ਨੇ, ਗਾਉਣ ਵਾਲੇ ਇਸ ਤਰ੍ਹਾਂ ਗਾ ਰਹੇ ਨੇ, ਇਸ ਤਰ੍ਹਾਂ ਇਹਨਾਂ ਨੂੰ ਯੂਥ ਆ ਜਿਹੜਾ ਉਹ ਜੇ ਕਾਪੀ ਕਰੇ ਤਾਂ ਸਾਡੀ ਪੰਜਾਬੀ ਗਾਇਕੀ ਜਿਸ ਤਰ੍ਹਾਂ ਦੀ NRI ਪੰਜਾਬੀ ਜਿਹੜੇ ਚਾਹੁੰਦੇ ਆ ਪੰਜਾਬੀ ਗਾਇਕੀ ਹੋਵੇ ਉਹ ਬਹੁਤ ਜਲਦੀ ਹੋ ਸਕਦੀ ਹੈ। ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ pgill@globalpunjabtv.com 'ਤੇ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਗਾਇਕ ਕਲਾਕਾਰ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।